ਮਾਨਸਾ ਵਿਜੀਲੈਂਸ ਵਿਭਾਗ ਨੇ ਬਰੇਟਾ ਪਾਵਰਕੌਮ ਦੇ ਐਸਡੀਓ ਨੂੰ 8000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ ਤੇ ਤਲਾਸ਼ੀ ਦੌਰਾਨ ਐਸਡੀਓ ਦੇ ਕੋਲੋਂ 47000 ਰੁਪਏ ਵੀ ਬਰਾਮਦ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ ਐਸਡੀਓ ਨੇ ਇਹ ਰਿਸ਼ਵਤ ਗਰੀਬ ਕਿਸਾਨ ਦੇ ਘਰ ਦੇ ਵਿੱਚ ਮੀਟਰ ਲਗਵਾਉਣ ਦੇ ਬਦਲੇ ਲਈ ਸੀ ਕਿਸਾਨ ਘਰ ਵਿੱਚ ਬਿਜਲੀ ਦਾ ਮੀਟਰ ਲਗਵਾਉਣਾ ਚਾਹੁੰਦਾ ਸੀ ਪਰ ਐਸਡੀਓ 20000 ਰੁਪਏ ਰਿਸ਼ਵਤ ਦੇ ਲਈ ਦਬਾਅ ਪਾ ਰਿਹਾ ਸੀ ਤੇ ਸੌਦਾ 8000 ਵਿੱਚ ਤੈਅ ਹੋਇਆ ਹੁਣ ਪੁਲਿਸ ਨੇ ਦੋਸ਼ੀ ਐਸਡੀਓ ਦੇ ਖਿਲਾਫ ਕਰਪਸ਼ਨ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।